ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਦੀ ਪੁਸ਼ਟੀ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਦਾ ਅਸਤੀਫਾ ਸ਼੍ਰੋਮਣੀ ਕਮੇਟੀ ਦੇ ਕੋਲ ਪਹੁੰਚ ਚੁੱਕਿਆ ਏ। ਉਹਨਾਂ ਨੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਨਵੇਂ ਜਥੇਦਾਰ ਨੂੰ ਲਗਾਉਣ ਸੰਬੰਧੀ ਫੈਸਲਾ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ। ਉਹਨੂੰ ਕੀ ਰਿਐਕਸ਼ਨ ਕੀ ਆ ਤੁਹਾਡਾ ਫਸਟ ਰਿਐਕਸ਼ਨ, ਕਿਉਂਕਿ ਸ਼ਾਮ ਤੱਕ ਤੁਹਾਨੂੰ ਪਤਾ ਨਹੀਂ ਸੀਗਾ ਕਿ ਤੁਹਾਡਾ ਤਾਲਮੇਲ ਨਹੀਂ? ਵਾਹਿ ਖਾਲਸਾ ਵਾਹਿ ਪ੍ਰਧਾਨ ਸਾਹਿਬ। ਕਿਉਂਕਿ ਕੱਲ੍ਹ ਸ਼ਾਮੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਸਤੀਫਾ ਦਿੱਤਾ ਸੀ। ਮੈਨੂੰ ਵੀ ਰਾਤੀ ਸਾਡੇ ਨਿਊਜ਼ ਆਈ ਸੀ, ਉਹਦੇ ਵਿੱਚ ਪਤਾ ਲੱਗਿਆ ਅਤੇ ਜਿਹੜਾ ਅਸਤੀਫਾ ਉਹ ਸਾਡੇ ਕੋਲ ਪਹੁੰਚ ਚੁੱਕਿਆ ਅਤੇ ਦਫ਼ਤਰ ਸ਼ਾਮ ਤੱਕ ਤੁਹਾਨੂੰ ਪਤਾ ਨਹੀਂ ਸੀ? ਨਹੀਂ, ਮੈਨੂੰ ਸ਼ਾਮ ਤੱਕ ਮੈਨੂੰ ਪਤਾ ਨਹੀਂ ਸੀ ਪਹਿਲਾਂ। ਨਹੀਂ ਫਿਰ ਆਪਾਂ ਅਸਤੀਫਾ ਮੰਨੀਆਂ ਜਾਂ ਬਗਾਵਤ ਮੰਨੀਆਂ? ਨਹੀਂ ਨਹੀਂ, ਅਸਤੀਫਾ ਉਹਨੇ ਆਪ ਕਿਹਾ ਜੀ, ਬੜਾ ਉਹਨੇ ਅਸਤੀਫਾ ਕੇ ਦਿੱਤਾ ਹੈਗਾ। ਉਹਨੇ ਆਪਣੀ ਸਿਹਤ ਦਾ ਵੀ ਵੇਰਵਾ ਦਿੱਤਾ, ਸਾਰੀਆਂ ਗੱਲਾਂ ਦਾ ਵੇਰਵਾ ਦਿੱਤਾ। ਅਗਲਾ ਜਿਹੜਾ ਜਥੇਦਾਰ ਆ ਉਹ ਸਾਡੀ ਅੰਤਰ ਕਮੇਟੀ ਦੀ ਅਸੀਂ ਮੀਟਿੰਗ ਬੁਲਾਵਾਂਗੇ, ਉਹਦੇ ਉੱਤੇ ਸਾਰਾ ਵਿਚਾਰ ਕਰਾਂਗੇ, ਉੱਥੇ ਫੈਸਲਾ ਹੋਵੇਗਾ। ਗਿਆਨੀ ਹਰਪ੍ਰੀਤ ਸਿੰਘ ਹੋ ਸਕਦੇ? ਪਤਾ ਨਹੀਂ, ਅਜੇ ਕੁਛ ਨਹੀਂ ਕਹਿ ਸਕਦੇ ਕਿਸੇ ਬਾਰੇ। ਪ੍ਰੈਸ਼ਰ ਚ ਇਹ ਸਾਡਾ ਜਿਹੜਾ ਹੈਗਾ ਅੰਤਰ ਕਮੇਟੀ ਦੀ ਮੀਟਿੰਗ ਦੇ ਵਿੱਚ ਹੀ ਸਾਰਾ ਫੈਸਲਾ ਹੋਣਾ। ਲੌਂਗੋ ਸਾਹਿਬ ਜਿਹੜਾ ਸਵੇਰ ਤੱਕ ਗਿਆਨੀ ਜੀ ਨੇ ਕਿਹਾ ਸੀਗਾ ਕਿ ਮੈਂ ਅਸਤੀਫਾ ਨਹੀਂ ਦੇ ਰਿਹਾ, ਔਰ ਸ਼ਾਮ ਨੂੰ ਕੀ ਇਹ ਜੀ ਗੱਲ ਹੋਈ ਕਿ ਅਸਤੀਫਾ ਦੇਣਾ ਪਏਗਾ? ਦੇਖੋ, ਇਹ ਤਾਂ ਉਹ ਹੀ ਦੱਸ ਸਕਦੇ ਨੇ, ਇਹ ਤਾਂ ਸਿੰਘ ਸਾਹਿਬ ਦਾ ਹੀ ਕੁਐਸਚਨ ਹੈ, ਉਹ ਹੀ ਦੱਸ ਸਕਦੇ ਨੇ। ਇਸ ਤਰ੍ਹਾਂ ਅਸਤੀਫਾ ਜਿਹੜਾ ਪ੍ਰੈਸ 'ਚ ਆਇਆ ਉਹ ਦੇਖਿਆ ਗਿਆ, ਜੋ ਸਾਡੇ ਕੋਲ ਆਇਆ। ਸੋਨੂੰ ਬਿਲਕੁਲ ਪੋਲੀਟੀਕਲ ਜੇ ਕਰੀਏ ਤਾਂ ਜਿਹੜੇ ਮਾਝੇ ਦੇ ਜਿਹੜਾ ਤਿੰਨ ਲੀਡਰ ਨੇਗੇ, ਉਹਨਾਂ ਨੇ ਵੀ ਇੱਕ ਤਰ੍ਹਾਂ ਦੀ ਬਾਗੀ ਸੁਰ ਦਿਖਾਈ ਹੈਗੀ, ਕਿਵੇਂ ਦੇਖਣਾ ਉਹਦੇ ਕੀ ਰਕਸ਼ਨਾ? ਕੋਈ ਬਾਗੀ ਸੁਰ ਨਹੀਂ, ਉਹ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਵੀ ਗੱਲਾਂ ਕਹਿੰਦੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਾਂ। ਨਹੀਂ, ਉਹਨਾਂ ਨੇ ਇਹ ਕਿਹਾ ਹੈਗਾ ਵੀ ਪਾਰਟੀ ਦਾ ਸੰਕਟ ਆ, ਤੁਸੀਂ ਮੰਨਦੇ ਹੋ ਵੀ ਸੰਕਟ ਹੈਗਾ? ਕੋਈ ਸੰਕਟ ਨਹੀਂ, ਪਾਰਟੀ ਦੇ ਚੱਲਦੀ ਰਹਿੰਦੇ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਨੇ, ਪਾਰਟੀ ਹਮੇਸ਼ਾ ਚੱਲਦੀ ਰਹਿੰਦੀ ਹੈ। 13 ਨੂੰ ਐਸੇ ਐਸੇ ਸਮੇਂ ਪਾਰਟੀ ਦੇ ਚੰਗੇ ਮਾੜੇ ਆਉਂਦੇ ਰਹਿੰਦੇ। 13 ਨੂੰ ਦੁਬਾਰੇ ਚੋਣ ਹੋਣੀ ਹੈ ਤੁਸੀਂ? 13 ਹਾਂ, 13 ਨੂੰ ਚੋਣ ਹੋਣੀ ਹੈ। ਪ੍ਰਧਾਨ ਦੁਬਾਰੇ ਬਣ ਰਹੇ? ਜੋ ਪੰਥ ਫੈਸਲਾ ਕਰੇਗਾ। ਨਹੀਂ, ਉਹ ਤਾਂ ਕਮੇਟੀ ਮੈਂਬਰ ਨੇ ਫੈਸਲਾ ਕਰਨਾ, ਜੋ ਕਮੇਟੀ ਮੈਂਬਰ ਜੋ ਸਾਡੇ ਮੈਂਬਰ ਫੈਸਲਾ ਕਰਨਗੇ ਉੱਥੇ ਉਹੀ ਹੋਣਾ। ਧੰਨਵਾਦ।